ਅਜੂ ਸੈਟ ਦੇ ਮਾਧਿਅਮ ਰਾਹੀਂ ਜੁੜੇ ਜ਼ਿਲ੍ਹੇ ਦੇ ਵੱਖ-ਵੱਖ ਸਕੂਲੀ ਬੱਚਿਓ ਪ੍ਰਿੰਸੀਪਲ ਸਹਿਬਾਨ ਅਤੇ ਟੀਚਰ ਮੈਂ ਮਮਤਾ ਬਖਸ਼ੀ ਆਈਸੀ ਸਪੈਸ਼ਲਿਸਟ ਜਲ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਤੋਂ ਆਪ ਜੀ ਦੇ ਰूबरू ਹੋ ਕੇ ਸਾਫ਼ ਸੁਰੱਖਿਤ ਪੀਣ ਵਾਲੇ ਪਾਣੀ ਦੀ ਅਹਿਮੀਅਤ ਬਾਰੇ ਵਿਸ਼ੇ ਉੱਪਰ ਗੱਲਬਾਤ ਕਰਾਂਗੇ ਮੈਂ ਬੱਚਿਓ ਸਭ ਤੋਂ ਪਹਿਲਾਂ ਮੈਂ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੀ ਸੰਖੇਪ ਵਿੱਚ ਜਾਣਕਾਰੀ ਦੇਣਾ ਚਾਹਾਂਗੀ ਪਿੰਡਾਂ ਵਿੱਚ ਪੀਣ ਯੋਗ ਸ਼ੁੱਧ ਪਾਣੀ ਦੀ ਸਪਲਾਈ ਵਿਭਾਗ ਵੱਲੋਂ ਕੀਤੀ ਜਾਂਦੀ ਹੈ ਜਲ ਸਪਲਾਈ ਸਕੀਮਾਂ ਦਾ ਨਿਰਮਾਣ ਅਤੇ ਇਹਨਾਂ ਦੀ ਸਮਾਮ ਸੰਭਾਲ ਦਾ ਕਾਰਜ ਵੀ ਵਿਭਾਗ ਵੱਲੋਂ ਕੀਤਾ ਜਾਂਦਾ ਹੈ ਸੀਵਜ ਸਕੀਮਾਂ ਦਾ ਨਿਰਮਾਣ ਅਤੇ ਸਾਮ ਸੰਭਾਲ ਇਹਦੇ ਨਾਲ ਹੀ ਸਵੱਛ ਭਾਰਤ ਮਿਸ਼ਨ ਤਹਿਤ ਸੈਨੀਟੇਸ਼ਨ ਦੇ ਕਾਰਜਾਂ ਨੂੰ ਨੂੰ ਮੁਕੰਮਲ ਕਰਾਉਣਾ ਵੀ ਵਿਭਾਗ ਦਾ ਮੁੱਖ ਟੀਚਾ ਹੈ ਸਰਕਾਰੀ ਇਮਾਰਤਾਂ ਵਿੱਚ ਜਲ ਸਪਲਾਈ ਸੀਵਰੇਜ ਫਾਇਰ ਫਾਈਟਿੰਗ 에어 ਕੰਡੀਸ਼ਨਿੰਗ ਅਤੇ ਸੈਨੀਟੇਸ਼ਨ ਸਰਵਿਸ ਦੀ ਸਾਮ ਸੰਭਾਲ ਦਾ ਜਿੰਮਾ ਵੀ ਵਿਭਾਗ ਵੱਲੋਂ ਕੀਤਾ ਜਾਂਦਾ ਹੈ। ਬੱਚਿਓ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਉਹ ਹੈ ਪੀਣ ਵਾਲੇ ਪਾਣੀ ਦੀ ਅਨਮੋਲੀ ਲੋੜ। ਮਨੁੱਖੀ ਜੀਵਨ ਲਈ ਪਾਣੀ ਅਨਮੋਲੀ ਈ ਲੋੜ ਹੈ ਅਤੇ ਇਸ ਪਾਣੀ ਸਾਫ਼ ਅਤੇ ਸ਼ੁੱਧ ਹੋਣਾ ਬਹੁਤ ਜ਼ਰੂਰੀ ਹੈ ਸਾਰੀ ਦੁਨੀਆ ਵਿੱਚ ਸਿਰਫ ਬੱਚਿਓ 3% ਪਾਣੀ ਹੀ ਪੀਣ ਯੋਗ ਹੈ ਅਤੇ ਬਾਕੀ 97% ਖਾ ਪਾਣੀ ਖਾਰਾ ਹੈ ਅਤੇ ਪੀਣ ਯੋਗ ਨਹੀਂ ਹੈ ਇਸ ਤੋਂ ਇਸ ਵਿੱਚੋਂ 3% ਦਾ ਸਿਰਫ 4% ਜਿਹੜਾ ਹਿੱਸਾ ਹੈ ਭਾਰਤ ਕੋਲ ਹੈ ਇਸ ਦਾ ਮਤਲਬ ਦੇਸ਼ ਵਿੱਚ ਪੀਣ ਵਾਲੇ ਪਾਣੀ ਦੀ ਕਾਟ ਹੈ ਇਸ ਲਈ ਬੱਚਿਓ ਆਪਾਂ ਸਾਰਿਆਂ ਨੂੰ ਮਿਲ ਕੇ ਪੀਣ ਵਾਲੇ ਪਾਣੀ ਸੰਬੰਧੀ ਜਾਗਰੂਕਤਾ ਫਲਾਨੀ ਹੈ ਅਤੇ ਇਸ ਨੂੰ ਪਛਾਣਨਾ ਵੀ ਹੈ। ਜੇ ਅਗਰ ਪੰਜਾਬ ਦੀ ਗੱਲ ਕਰੀਏ ਔਰ ਜਲ ਦੀ ਗੱਲ ਕਰੀਏ ਤੇ ਸਭ ਤੋਂ ਵੱਡਾ ਜਿਹੜਾ ਵਿਸ਼ਾ ਆ ਰਿਹਾ ਹੈ ਉਹ ਹੈ ਜਲ ਸੰਕਟ ਦਾ। ਧਰਤੀ ਹੇਠਲਾ ਪਾਣੀ ਦੀ ਓਵਰ ਪੰਪਿੰਗ ਕਾਰਨ ਪੰਜਾਬ ਵਿੱਚ ਪਾਣੀ ਦਾ ਪੱਧਰ ਡਿੱਗਦਾ ਜਾ ਰਿਹਾ ਹੈ। ਇਸ ਵੇਲੇ ਪੰਜਾਬ ਨੂੰ ਉਤਰੀ ਖੇਤਰ ਵਿੱਚ ਲਗਾਤਾਰ ਥੱਲੇ ਜਾ ਰਹੇ ਧਰਤੀ ਹੇਠਲੇ ਪਾਣੀ ਤੇ ਦੱਖਣ ਪੱਛਮੀ ਖੇਤਰ ਵਿੱਚ ਸੇਮ ਦੀ ਦੌਰੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। NASA ਵੱਲੋਂ ਵੀ ਆਪਣੀ ਰਿਪੋਰਟ ਵਿੱਚ ਪੰਜਾਬ ਵਿੱਚ ਤੇਜ਼ੀ ਨਾਲ ਵਧ ਰਹੇ ਜ਼ਮੀਨੀ ਪਾਣੀ ਤੇ ਚਿੰਤਾ ਪਟਾਈ ਗਈ ਹੈ। ਮਾਤੇ ਤੁਸੀਂ ਇਹ ਟੇਬਲ ਦੇਖ ਰਹੇ ਹੋ ਇਹਦੇ ਵਿੱਚ ਪੰਜਾਬ ਦੀ ਨਕਸ਼ੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਗਰਾਊਂਡ ਵਾਟਰ ਟੇਬਲ ਕਿੰਨਾ ਡਿਪਲੀਸ਼ਨ ਹੋ ਰਹੀ ਹੈ ਪਿਛਲੇ ਪੂਤਕਾਲ ਵਿੱਚ ਦੇਖੋ 1995 ਵਿੱਚ ਆਪਾਂ ਦੇਖ ਸਕਦੇ ਹਾਂ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਾਣੀ ਦੀ ਜਿਹੜਾ ਸੰਕਟ ਸੀ ਇਹਨਾਂ ਜ਼ਿਆਦਾ ਨਹੀਂ ਸੀ ਉੱਥੇ ਪਾਣੀ ਹਰ ਵੇਲੇ ਦੇਖਿਆ ਨੀਲਾ ਨੀਲਾ ਰੰਗ ਆਪਾਂ ਨੂੰ ਦੁਸਾ ਰਿਹਾ ਹੈ ਇਸੇ ਇਸੇ ਤਰ੍ਹਾਂ ਹੀ ਆਪਾਂ ਦੇਖੀਏ 2017 ਤੋਂ ਲੈ ਕੇ ਅਗਰ ਹੁੰਦੀ ਵੀ ਸਥਿਤੀ ਦੇਖੀਏ ਤੇ ਕਾਫੀ ਜਿਹੜੇ ਹੈਗੇ ਆ ਬਲਾਕਾਂ ਵਿੱਚ ਵੀ ਪਾਣੀ ਵਿੱਚ ਓਵਰ ਐਕਸਪਲੋਇਟੇਸ਼ਨ ਹੋ ਰਹੀ ਹੈ ਪਰ ਅਗਰ ਅਸੀਂ ਆਨ ਲੈ ਵਰਤਮਾਨ ਦੀ ਗੱਲ ਕਰੀਏ ਉਹਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਇਹ ਜਿਹੜੀ ਸਥਿਤੀ ਬਹੁਤ ਹੀ ਨਾਜ਼ੁਕ ਹੈ ਬੜੇ ਹੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਪੰਜਾਬ ਵਿੱਚ ਧਰਤੀ ਹੇਠਲਾ ਪਾਣੀ ਦੀ ਨਿਕਾਸੀ ਪਹਿਲਾਂ ਹੀ ਆਪਾਂ ਜਿਵੇਂ ਦੇਖਿਆ ਹੀ ਮੱਧ ਪੰਜਾਬ ਵਿੱਚ ਜ਼ਿਆਦਾਤਰ ਥਾਵਾਂ ਤੇ 150 ਤੋਂ 200 ਮੀਟਰ ਤੱਕ ਪੁੱਜ ਗਈ ਹੈ। ਕੇਂਦਰੀ ਭੂਮੀ ਜਲ ਬੋਰਡ ਅਨੁਸਾਰ ਜੇਕਰ ਮੌਜੂਦਾ ਗਿਰਾਵਟ جاری ਰਹੀ ਤਾਂ 2039 ਤੱਕ ਪੰਜਾਬ ਦੀ ਧਰਤੀ ਹੇਠਲਾ ਪਾਣੀ 300 ਮੀਟਰ ਤੋਂ ਹੇਠਾਂ ਡਿੱਗਣ ਦੀ ਸੰਭਾਵਨਾ ਹੈ। ਪੰਜਾਬ ਵਿੱਚ ਸਾਲ ਜਲ ਸੰਕਟ ਦਿਨੋ ਦਿਨ ਵੱਧ ਰਿਹਾ ਹੈ। ਔਰ ਬੱਚਾ ਆਪਾਂ ਦੇਖਿਆ ਹੀ ਹੈ ਕਿ ਅੱਜ ਕੱਲ ਸੋਸ਼ਲ ਮੀਡੀਆ ਜਾਂ ਤੁਸੀਂ ਅਖਬਾਰਾਂ ਵਿੱਚ ਵੀ ਇਹ ਦੇਖ ਸਕਦੇ ਹੋ ਕਿ ਜਿਵੇਂ ਹੀ ਗਰਮੀਆਂ ਆਉਂਦੀਆਂ ਹਰ ਪਾਸੇ ਪਾਣੀ ਦੀ ਕਮੀ ਪਾਣੀ ਦੀ ਜਿਹੜੀ ਸਰੋਤਾਂ ਦੀ ਮੌਜੂਦ ਜਿਹੜੀ ਹੈਗੀ ਹੈ ਉਸ ਦੇ ਉੱਪਰ ਇੱਕ ਬਹੁਤ ਹੀ ਵੱਡਾ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਔਰ ਹੁਣ ਤਾਂ ਜਿਹੜੇ ਪਾਣੀ ਦੇ ਸਰੋਤ ਹੈ ਉਹ ਵੀ 220 ਸੂਤ ਤੱਕ ਵੀ ਹੇਠਾਂ ਉਸ ਜਿਹੜੀ ਹੈਗੀ ਹੈ ਫੁੱਟ ਤੱਕ ਹੇਠਾਂ ਜਾ ਪੁੱਜੀ ਹੈ ਇਹ ਕੁਝ ਤਸਵੀਰਾਂ ਬੱਚੇ ਮੈਂ ਤੁਹਾਨੂੰ ਸਾਂਝੀਆਂ ਕਰਨੀਆਂ ਜਿਹੜੇ ਇਲਾਕੇ ਜਿੱਥੇ ਕਿ ਪਾਣੀ ਦੀ ਘਾਟ ਹੈ ਅਤੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ अहमियत ਸਭ ਤੋਂ ਵੱਧ ਹੈ। ਬੱਚੋ ਇਹ ਭਾਰਤ ਦੇ ਕੁਝ ਰਾਜਾਂ ਹੋਰ ਰਾਜਾਂ ਦੀਆਂ ਤਸਵੀਰਾਂ ਹੈ ਜਿਹੜੀ ਕਿ ਮੈਂ Google ਤੋਂ ਹੀ ਅਪਲੋਡ ਕਰੀਆਂ ਹੈ। ਇਹ ਤੁਸੀਂ ਦੇਖ ਸਕਦੇ ਹੋ ਪਿਛਲੇ ਸਮੇਂ ਕੋਈ ਸਾਲਾਂ ਵਿੱਚ ਚੇਨਈ ਦੇ ਵਿੱਚ ਆਪਾਂ ਦੇਖਿਆ ਸੀ ਕਿੰਨਾ ਜ਼ਿਆਦਾ ਪਾਣੀ ਦੀ ਕਮੀ ਕਾਰਨ ਬਹੁਤ ਉੱਥੇ ਦੇ ਲੋਕਾਂ ਨੂੰ ਦਿੱਕਤਾਂ ਕਰਨੀਆਂ ਪਈਆਂ। ਔਰ ਇਸ ਤਰ੍ਹਾਂ ਹੀ ਹੋਰ ਵੀ ਅਗਰ ਪਾਣੀ ਟੂਟੇ ਚ ਨਾ ਆਵੇ ਤਾਂ ਸਾਨੂੰ ਸਾਰਾ ਦਿਨ ਸਾਡਾ ਜਿਹੜਾ ਧਿਆਨ ਹੈ ਉਹ ਪਾਣੀ ਵਾਲੀ ਹੋ ਜਾਂਦਾ ਹੈ। ਇਹ ਤੋਂ ਲਾਵਾ ਨਹਿਰਾਂ ਦਰਿਆਵਾਂ ਜਾਂ ਊੜਾ ਕਰਕਟ ਪਾਉਣ ਨਾਲ ਅਤੇ ਨਦੀਆਂ ਵਿੱਚ ਵੀ ਬਿਨਾਂ ਸੋਧਦੇ ਹੋਏ ਸੀਵਰੇਜ ਦਾ ਪਾਣੀ ਪਾਉਣ ਨਾਲ ਧਰਤੀ ਉੱਪਰਲਾ ਅਤੇ ਹੇਠਲਾ ਪਾਣੀ ਦੀ ਗੁਣਵਤਾ ਖਰਾਬ ਹੋ ਰਹੀ ਹੈ। ਬੱਚੇ ਦੇਖੋ ਥੱਲੇ ਤੁਹਾਡੀ ਤਸਵੀਰਾਂ ਦਰਸਾ ਰਹੀਆਂ ਨੇ ਕਿ ਸਾਡੇ ਛਪੜਾਂ ਦੇ ਆਲੇ ਦੁਆਲੇ ਗੰਦਗੀ ਫੈਲੀ ਹੋਈ ਹੈ ਜਿਸ ਨਾਲ ਸਾਨੂੰ ਬਹੁਤ ਹੀ ਦਿੱਕਤਾਂ ਕਰਨੀਆਂ ਪੈ ਰਹੀਆਂ ਹਨ। ਪੰਜਾਬ ਵਿੱਚ ਜਲ ਸੰਕਟ ਹੋਣ ਦੇ ਬਾਵਜੂਦ ਵੀ ਲੋਕ ਪਾਣੀ ਦੀ ਦੁਰਵਰਤੋਂ ਕਰ ਰਹੇ ਹਨ। ਸਾਡੇ ਸਾਰਿਆਂ ਦੀ ਇੱਕ ਜ਼ਿੰਮੇਵਾਰੀ ਬੰਦੀ ਹੈ ਕਿ ਆਪਾਂ ਆਪਣੇ ਆਪ ਨੂੰ ਅਤੇ ਸਮਾਜ ਨੂੰ ਪਾਣੀ ਦੇ ਮਸਲੇ ਨੂੰ ਲੈ ਕੇ ਜਾਗਰੂਕ ਕਰੀਏ। ਔਰ ਜਿਹੜੀ ਆਪਣੀ ਜਿਹੜੀ ਸਥਿਤੀ ਹੈ ਇਸ ਨੂੰ ਆਪਾਂ ਠੀਕ ਕਰੀਏ। ਹੁਣ ਇਸ ਲਈ ਆਪਾਂ ਨੇ ਕੀ ਕਰਨਾ ਹੈ ਬੱਚਿਓ ਤੇ ਕੀ ਨਹੀਂ ਕਰਨਾ ਹੈ ਇਸ ਵਿਸ਼ੇ ਉੱਪਰ ਆਪਾਂ ਗੱਲਬਾਤ ਕਰਾਂਗੇ। ਜੇਕਰ ਅਸੀਂ ਛੋਟੀਆਂ-ਛੋਟੀਆਂ ਕਈ ਵਾਰ ਭੁੱਲਣ ਵਾਲੀਆਂ ਜਾਂ ਧਿਆਨ ਨਾ ਦੇਣ ਵਾਲੀਆਂ ਗੱਲਾਂ ਬਾਰੇ ਚਿੰਤਨ ਕਰੀਏ ਤਾਂ ਅਸੀਂ 1 ਲੀਟਰ ਪੀਣ ਵਾਲਾ ਪਾਣੀ ਦੀ ਬਚਤ ਕਰ ਸਕਦੇ ਹਾਂ ਜਿਵੇਂ ਕਿ ਜਦੋਂ ਅਸੀਂ ਕੱਪੜੇ ਲੀੜੇ ਧੋਣ ਸਮੇਂ ਅਤੇ ਨਹਾਉਂਦੇ ਇਸ਼ਨਾਨ ਕਰਦੇ ਹੋਏ ਅਸੀਂ ਟੂਟੀ ਨੂੰ ਨਾ ਲੋੜ ਹੋਣ ਤੇ ਵੀ ਖੁੱਲੀ ਛੱਡ ਦਿੰਦੇ ਹਾਂ ਜਿਸ ਨਾਲ ਪਾਣੀ ਦੀ ਲਗਾਤਾਰ ਬਰਬਾਦੀ ਹੁੰਦੀ ਰਹਿੰਦੀ ਹੈ ਇਸ ਤਰ੍ਹਾਂ ਨਾ ਕਰਕੇ ਅਸੀਂ ਪਾਣੀ ਦੀ ਕਾਫੀ ਬਚਤ ਕਰ ਸਕਦੇ ਹਾਂ ਬੁਰਸ਼ ਕਰਦੇ ਸਮੇਂ ਅਤੇ ਸ਼ੇਵ ਕਰਦੇ ਹੋਏ ਪਾਣੀ ਦੀ ਟੂਟੀ ਨੂੰ ਅਸੀਂ ਲਗਾਤਾਰ ਖੁੱਲੀ ਛੱਡ ਦਿੰਦੇ ਹਾਂ ਇਸ ਇਨਾਂ ਛੋਟੀਆਂ ਛੋਟੀਆਂ ਗੱਲਾਂ ਤੇ ਬੱਚੇ ਕਈ ਵਾਰ ਆਪਣਾ ਧਿਆਨ ਵੀ ਨਹੀਂ ਜਾਂਦਾ ਅਗਰ ਧਿਆਨ ਜਾਂਦਾ ਵੀ ਹੈ ਤਾਂ ਕਈ ਵਾਰ ਅਸੀਂ ਉਤੋਂ ਉਤੋਂ ਨਾ ਸੀਰੀਅਸ ਪੰਨੇ ਨੂੰ ਲੈਂਦੇ ਆ ਜਿਸ ਤਰ੍ਹਾਂ ਕੀ ਹੈ ਪਾਣੀ ਦੀ ਪ੍ਰਬੰਧੀ ਹੁੰਦੀ ਹੈ ਇਸ ਨੂੰ ਰੋਕਣ ਲਈ ਪਾਣੀ ਦੀ ਟੂਟੀ ਨੂੰ ਸਿਰਫ ਲੋੜ ਪੈਣ ਤੇ ਹੀ ਖੋਲਿਆ ਜਾਵੇ ਹੱਥ ਤੋਂ ਦੇ ਸਮੇ ਟੂਟੀ ਨੂੰ ਤੇਜ਼ ਬਹਾਵ ਦੇ ਬਜਾਏ ਟੂਟੀ ਦਾ ਬਹਾਵ ਘੱਟ ਛੱਡਦੇ ਹੋਏ ਚਲਾਵਾ ਜਾਵੇ ਜਿਸ ਨਾਲ ਪਾਣੀ ਦੀ ਇਹ ਬਚਤ ਹੁੰਦੀ ਹੈ ਫਲਾਂ ਅਤੇ ਸਬਜ਼ੀਆਂ ਨੂੰ ਧੋਣ ਦੇ ਸਮੇਂ ਸਿਰਫ ਲੁੜਿੰਦੇ ਪਾਣੀ ਦੀ ਵਰਤੋਂ ਕੀਤੀ ਜਾਵੇ ਲੁੜਿੰਦੇ ਘਟੋ-ਘਟ ਪਾਣੀ ਦੀ ਵਰਤੋਂ ਕਰਨ ਨਾਲ ਪਾਣੀ ਦੀ ਬਚਤ ਕੀਤੀ ਜਾ ਸਕਦੀ ਹੈ ਔਰ ਬੱਚਾ ਆਪਾਂ ਦੇਖਿਆ ਹੀ ਹੈ ਸਮੇਂ-ਸਮੇਂ ਤੇ ਆਪਾਂ ਇਹ ਵੀ ਗੱਲ ਕਰਦੇ ਹਾਂ ਕਿ ਜਿਹੜਾ ਪਾਣੀ ਜਦ ਧੋਂਦੇ ਹਾਂ ਉਸ ਪਾਣੀ ਨੂੰ ਨਾ ਸੁੱਟਦੇ ਹੋਏ ਤੁਸੀਂ ਆਪਣੇ ਘਰ ਦੇ ਜਿਹੜੇ ਕੋਈ ਗਮਲੇਚ ਫੁੱਲ ਬੁੱਤੇ ਲਾਏ ਹੋਏ ਨੇ ਉਸ ਪਾਣੀ ਨੂੰ ਤੁਸੀਂ ਵਰਤ ਸਕਦੇ ਹੋ ਔਰ ਉੱਥੇ ਜਿਹੜੀ ਹੈ ਪਾਣੀ ਦੀ ਯੂਜੇਜ ਹੋ ਸਕਦੀ ਹੈ ਅਨ ਆਪਾਂ ਗੱਲ ਕਰਾਂਗੇ ਕਿ ਇਸ ਦੇ ਨਾਲ ਹੀ ਪੀਣ ਵਾਲੇ ਪਾਣੀ ਦੀ ਦੁਰਵਰਤੋਂ ਬਾਰੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਕੁਝ ਅਗਿਆਨੀ ਲੋਕ ਪਾਣੀ ਦੀ ਸਾਮ ਸੰਭਾਲ ਪ੍ਰਤੀ ਜਾਗਰੂਕ ਨਹੀਂ ਹੋਏ ਜਿਵੇਂ ਕਿ ਆਪਾਂ ਥੱਲੇ ਤਸਵੀਰਾਂ 'ਚ ਦੇਖ ਸਕਦੇ ਹਾਂ ਕਿ ਸ਼ੁੱਧ ਪਾਣੀ ਨਾਲ ਮੱਜਾਂ ਨੂੰ ਨਵਾਣਾ ਗੱਡੀਆਂ, ਟਰੈਕਟਰ, ਕਾਰ, ਜੀਪ, ਸਕੂਟਰ, ਸਾਈਕਲ ਆਦਿ ਦੀ ਸਫਾਈ ਕਰਦੇ ਸਮੇਂ ਪਾਣੀ ਦੀ ਬਾਲਟੀ ਅਤੇ ਮੱਗ ਦੀ ਵਰਤੋਂ ਕੀਤੀ ਜਾਵੇ ਨਾ ਕੀ ਖੁੱਲੀ ਰਬੜ ਦੀ ਪਾਈਪ ਨਾਲ ਲਗਾਤਾਰ ਵਾਧੂ ਸਮੇਂ ਤੱਕ ਪਾਣੀ ਦੀ ਵਰਤੋਂ ਕੀਤੀ ਜਾਵੇ। ਔਰ ਬੱਚੋ ਤੁਸੀਂ ਦੇਖਿਆ ਹੋਣਾ ਕਿ ਜਦੋਂ ਆਪਾਂ ਗਰਮੀਆਂ ਦਾ ਸਮਾਂ ਹੁੰਦਾ ਸ਼ਹਿਰਾਂ ਵਿੱਚ ਤੇ ਮੈਂ ਦੇਖਿਆ ਮਹਾਲੀਗੜ੍ਹ ਦੀ ਗੱਲ ਕਰੀਏ ਜਾਂ ਹੋਰ ਸ਼ਹਿਰਾਂ 'ਚ ਵੀ ਗੱਲ ਕਰੀਏ ਉੱਥੇ ਤੇ ਆਪਣੇ ਰੂਲ ਆ ਜਾਂਦੇ ਨੇ ਕਿ ਅਗਰ ਕੋਈ ਪਾਣੀ ਦੀ ਅੰਝ ਵਰਤੋਂ ਕਰੇਗਾ ਰਬੜ ਪਾਈਪ ਨਾਲ ਕਰਕੇ ਪਾਣੀ ਦੀ ਖੇਤਾਂ 'ਚ ਵੀ ਜਾਂ ਆਪਣੇ ਘਰਾਂ ਦੇ ਗਾਰਡਨ 'ਚ ਵੀ ਵਰਤੋਂ ਕਰੇਗਾ ਉਹਦੇ ਫਾਈਨ ਲੱਗਦਾ ਔਰ ਇੱਕ ਨਿਯਮਤ ਸਮਾਂ ਤੈਅ ਕੀਤਾ ਜਾਂਦਾ ਤਾਂ ਕਿ ਪਾਣੀ ਜਿਹੜਾ ਹੈਗਾ ਪੀਣ ਵਾਲੇ ਪਾਣੀ ਨਾਲ ਲੋਕੀ ਘਟ ਤੋਂ ਘਟ ਤੋਂ ਦੁਰ ਉਪਯੋਗ ਕਰਨ ਇਹਦੇ ਨਾਲ ਹੀ ਆਪਾਂ ਹੋਰ ਵੀ ਬਹੁਤ ਜ਼ਰੂਰੀ ਚੀਜ਼ ਧਿਆਨ ਰੱਖਣਾ ਹੈ ਕਿ ਟੈਂਕੀਆਂ ਵਿੱਚ ਓਵਰਫਲੋ ਹੋ ਕੇ ਹੋਣ ਤੋਂ ਰੁਕਣ ਲਈ ਫਲੋਟ ਵਾਲ ਦਾ ਉਪਯੋਗ ਨਾ ਕਰਨਾ ਬੱਚ ਜਿਹੜੀਆਂ ਅਸੀਂ ਪਿੱਛੇ ਗੱਲਾਂ ਕੀਤੀਆਂ ਉਸ ਨੂੰ ਇੱਕ ਟੇਬਲ ਦੇ ਵਿੱਚ ਅਸੀਂ ਇੱਥੇ ਦੇ ਦੌਰਾਨ ਦੀ ਕੋਸ਼ਿਸ਼ ਕੀਤੀ ਹੈ ਜਿਸ ਆਪਾਂ ਦੇਖ ਸਕਦੇ ਹਾਂ ਇੱਕ ਘਰੇਲੂ ਪਾਣੀ ਦੇ ਵਰਤੋਂ ਦੌਰਾਨ ਪਾਣੀ ਦੀ ਬਚਤ ਕਰਨ ਦੇ ਤਰੀਕੇ ਸੋ ਜਿਹੜੀਆਂ ਜਿਹੜੀਆਂ ਆਪਾਂ ਸੇ ਪਿਛਲੀਆਂ ਸਲਾਈਡਾਂ ਤੇ ਆਪਾਂ ਗੱਲ ਕੀਤੀ ਹੈ ਗਤੀਵਿਧੀਆਂ ਦੀ ਗੱਲ ਕਰ ਰਹੇ ਹਾਂ ਉਸ ਨੂੰ ਇੱਥੇ ਦਰਸਾ ਕੇ ਅਸੀਂ ਦੱਸਣਾ ਚਾਹ ਰਹੇ ਹਾਂ ਕਿ ਕਿਹੜੇ ਕਿੰਨਾ ਪਾਣੀ ਅਗਰ ਅਸੀਂ ਧਿਆਨ ਅਸੀਂ ਰਵਾਇਤੀ ਆਦਤਾਂ ਦੌਰਾਨ ਯੂਜ਼ ਕਰਦੇ ਹਾਂ ਅਗਰ ਪਰ ਉਹਨੀਆਂ ਆਦਤਾਂ ਵਿੱਚ ਥੋੜਾ ਸੁਧਾਰ ਲਈ ਆਈਏ ਤੇ ਪਾਣੀ ਦੀ ਬਹੁਤ ਬਚਤ ਹੋ ਸਕਦੀ ਹੈ ਆਪਾਂ ਪਹਿਲੇ ਗੱਲ ਕੀਤੀ ਸੀ ਕਿ ਬਰਸ਼ ਕਰਨਾ ਆਪਾਂ ਸੋ ਸਵੇਰੇ ਸ਼ਾਮ ਬਰਸ਼ ਕਰ ਬਰਸ਼ ਕਰਦੇ ਹਾਂ ਉਸ ਵੇਲੇ ਅਗਰ ਟੂਟੀ ਨਹੀਂ ਬੰਦ ਕਰਦੇ ਤੇ ਆਪਾਂ ਦੇਖਿਆ 5 ਲੀਟਰ ਤੋਂ ਜ਼ਿਆਦਾ ਜਿਹੜਾ ਪਾਣੀ ਆਪਣਾ ਉਸ ਵੇਲੇ ਇੱਕ ਵਿਅਕਤੀ ਯੂਜ਼ ਕਰ ਲੈਂਦਾ ਹੈ ਅਗਰ ਪਰ ਅਸੀਂ ਪ੍ਰੋਟੀਸ ਲੋਡ ਤੇ ਬੰਦ ਕਰ ਦਈਏ ਤੇ ਕੇਵਲ ਅੱਧਾ ਲੀਟਰ ਹੀ ਪਾਣੀ ਵਰਤ ਚਾਏਗਾ ਇਸੇ ਤਰ੍ਹਾਂ ਹੀ ਅਗਰ ਅਸੀਂ ਨਹਾਉਂਦੇ ਹਾਂ ਨਹਾਣ ਵੇਲੇ ਅਗਰ ਬੱਚੇ ਸ਼ਾਵਰ ਦੇ ਨਾਲ ਨਹਾਣ ਜਾਂ ਪਾਣੀ ਟੂਟੀ ਚ ਬਾਲਟੀ ਚ ਵਹੀ ਜਾਵੇ ਤੇ ਪਾਣੀ 100 ਲੀਟਰ ਤੋਂ ਜ਼ਿਆਦਾ ਪਾਣੀ ਜਿਹੜਾ ਹੈਗਾ ਉਹ ਆਪਣਾ ਵੇਸਟ ਹੋ ਜਾਂਦਾ ਹੈ ਪਰ ਅਗਰ ਅਸੀਂ ਬਾਲਟੀ ਦੀ ਵਰਤੋਂ ਕਰੀਏ ਤੇ 18 ਲੀਟਰ ਤੋਂ ਲੈ ਕੇ 25 ਲੀਟਰ ਤੱਕ ਕੇਵਲ ਪਾਣੀ ਵਰਤੋਂ ਹੁੰਦੀ ਹੈ ਇਸੀ ਤਰ੍ਹਾਂ ਹੀ ਅਗਰ ਮੇਰੀ ਬੀਬੀਆਂ ਪੈਣਾ ਜਾਂ ਘਰ ਚ ਸਾੜੀਆਂ ਕਪੜੇ ਧੋ ਰਹੇ ਹੁੰਦੇ ਆ ਉਸ ਵੇਲੇ ਅਗਰ ਟੂਟੀ ਅਸੀਂ ਖੁੱਲੀ ਛੱਡ ਕੇ ਕਪੜੇ ਧੋਈਏ ਤੇ ਸਾਡੇ 116 ਲੀਟਰ ਦੀ ਪਾਣੀ ਦੀ ਵਰਤੋਂ ਹੋ ਜਾਂਦੀ ਹੈ ਪਰ ਅਗਰ ਅਸੀਂ ਇਸ ਨੂੰ ਥੋੜਾ ਧਿਆਨ ਨਾਲ ਕਰੀਏ ਆਪਣੀ ਥੋੜੀ ਜ਼ਿੰਦਗੀ ਚ ਬਦਲਾਵ ਲਿਆਈਏ ਤੇ ਕੇਵਲ 36 ਲੀਟਰ ਪਾਣੀ ਦੀ ਵੀ ਯੂਜ਼ ਹੁੰਦੀ ਹੈ ਆਪਾਂ ਹੁਣੇ ਗੱਲ ਕਰ ਰਹੇ ਸੀ ਟਰੈਕਟਰ ਕਾਰ ਜੀਪ ਆਦੀ ਧੋਣ ਲਈ ਅਗਰ ਅਸੀਂ ਇਹਨੂੰ ਪਾਈਪਾਂ ਤੋਂ ਧੋਈਏ ਤੇ ਇੱਕ ਸਮੇਂ ਵਿੱਚ 500 ਲੀਟਰ ਪਾਣੀ ਦੀ ਵਰਤੋਂ ਜਾਂਦੀ ਹੈ ਪਰ ਅਗਰ ਅਸੀਂ ਉਸੇ ਜਗ੍ਹਾ 'ਤੇ ਬਾਲਟੀ ਇੱਕ ਗਿੱਲਾ ਕੱਪੜਾ ਲਈਏ ਤੇ ਕੇਵਲ 20 ਲੀਟਰ ਦਾ ਮਸਲਾ ਸਾਡਾ ਹੋ ਸਕਦਾ ਨਾਲ ਸਾਡਾ ਸਮੱਸਿਆ ਨੂੰ ਅਸੀਂ ਜਾਂ ਇਸ ਕਾਰਜ ਨੂੰ ਅਸੀਂ ਪੂਰਤੀ ਕਰ ਸਕਦੇ ਹਾਂ ਸੋ ਬੱਚਿਓ ਇਸ ਟੇਬਲ ਰਾਹੀਂ ਆਪਾਂ ਦੇਖ ਸਕਦੇ ਹਾਂ ਕਿ ਛੋਟੇ-ਛੋਟੇ ਆਪਣੇ ਜ਼ਿੰਦਗੀ ਵਿੱਚ ਬਦਲਾਵ ਲਿਆ ਕੇ ਅਸੀਂ ਇੱਕ ਛੋਟਾ ਜਿਹਾ ਪਰਿਵਾਰ ਵੀ ਅਗਰ ਚਾਹੇ ਤਾਂ ਦਿਨ ਵਿੱਚ ਔਸਤਨ 300 ਲੀਟਰ ਪਾਣੀ ਦੀ ਬਚਤ ਕਰ ਸਕਦਾ ਹੈ ਤਾਂ ਅਗਰ ਪਰਿਵਾਰ ਅਗਰ ਇਹ ਨਾ ਕਰ ਸਕਦਾ ਸੋਚੋ ਆਪਣਾ ਘਰਾਂ ਦੇ ਵਿੱਚ ਪੂਰੇ ਪਿੰਡ ਵਿੱਚ ਸ਼ਹਿਰਾਂ ਵਿੱਚ ਕਿੰਨਾ ਪਾਣੀ ਦਾ ਜਿਹੜਾ ਬਚਾਅ ਹੋ ਸਕਦਾ ਹੋਰ ਅਸੀਂ ਗੱਲ ਕਰਾਂਗੇ ਪੀਣ ਵਾਲੇ ਟੂਟੀ ਦੀ ਦੇਖੋ ਆਪਾਂ ਹਰ ਪੈਸੇ ਦੇਖਦੇ ਹਾਂ ਕਿ ਟੂ ਟੂਟੀ ਟੂਟੀ ਮਤਲਬ ਟੈਪ ਟੈਪ ਦੀ ਗੱਲ ਕਰ ਰਹੇ ਹਾਂ ਕਿ ਜਿਹੜੇ ਪਾਣੀ ਸਾਡੇ ਘਰ ਆਂਦਾ ਹੈ ਟੈਪ ਰਾਹੀਂ ਆਂਦਾ ਹੈ ਔਰ ਉਸ ਵਿੱਚ ਅਗਰ ਇੱਕ ਇੱਕ ਬੂੰਦ ਟਪਕਦਾ ਪਕਦਾ ਹੋਵੇ ਉਸੇ ਕੀ ਨੁਕਸਾਨ ਹੈ ਸੋ ਬੱਚਿਓ ਸਾਰੇ ਵਿੱਚ ਕੰਮ ਵੀ ਸਾਹਮਣੇ ਆਇਆ ਹੈ ਕਿ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਕਈ ਕਰਾਂ ਵਿੱਚ ਪਾਣੀ ਦੀ ਟੂਟੀ ਤੇ ਪਾਣੀ ਦੀ ਲੀਕਜ ਤੇ ਛੋਟੀ ਵੱਡੀ ਲੀਕਜ ਨਾਲ ਪਾਣੀ ਆਮ ਹੀ ਆਪਾਂ ਦੇਖਦਾ ਟਪਕ ਰਿਹਾ ਹੁੰਦਾ ਹੈ ਇਹ ਇਹ ਜਿਹੜੀ ਹੈਗੀ ਹੈ ਕਈ ਵਾਰ ਟਾਇਲਟ ਦੇ ਵਿੱਚ ਵੀ ਤੁਹਾਨੂੰ ਪਖਾਨੇ ਵਿੱਚ ਵੀ ਜਗਾ ਪ੍ਰੋਬਲਮ ਦੇ ਸਕਦੀ ਹੈ ਕਿਚਨ ਵਿੱਚ ਦੇਖ ਸਕਦੀ ਹੈ ਵਾਰੰਟੀ ਵਿੱਚ ਦੇਖ ਸਕਦੀ ਹੈ ਜਿਸ ਨੂੰ ਆਪਸੇ ਕਈ ਵਾਰ ਅਣ ਦੇਖਿਆ ਜਾ ਕਰ ਦਿੰਦੇ ਆ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਟੁੱਟੀ ਤੋਂ ਸਿਰਫ ਪਾਣੀ ਦੀ ਸਿਰਫ ਇੱਕ ਇੱਕ ਬੂੰਦ ਲਗਾਤਾਰ ਟਿੱਪਕਰ ਨਾਲ ਕਿੰਨਾ ਨੁਕਸਾਨ ਸਾਡਾ ਹੋ ਜਾਂਦਾ ਹੈ ਮਹਾਰਾ ਦੇ ਸਰਵੇਖਣ ਅਨੁਸਾਰ ਜੇਕਰ ਇੱਕ ਟੁੱਟੀ ਤੋਂ ਇੱਕ ਮਿੰਟ ਵਿੱਚ 60 ਪਾਣੀ ਦੀ ਬੂੰਦਾਂ ਲੀਕ ਹੁੰਦੀਆਂ ਹਨ ਤਾਂ ਇੱਕ ਦਿਨ ਵਿੱਚ ਘਟੋ ਘਟ 21 ਲੀਟਰ ਕੀਮਤੀ ਪੀਣ ਵਾਲੇ ਪਾਣੀ ਦੀ ਬਰਬਾਦੀ ਹੋ ਜਾਂਦੀ ਹੈ ਸਰਵ ਦੇਖਣ ਤੋਂ ਅਸੀਂ ਇਹ ਸਮਝ ਸਕਦੇ ਹਾਂ ਕਿ ਜੇਕਰ ਇੱਕ ਬੂੰਦ ਡਿੱਗਣ ਨਾਲ ਇੰਨਾ ਪਾਣੀ ਦੀ ਬਰਬਾਦੀ ਹੋ ਸਕਦੀ ਹੈ ਤੇ ਟੁੱਟੀ ਖੁੱਲੀ ਛੱਡਣ ਨਾਲ ਪਾਣੀ ਦੀ ਕਿੰਨੀ ਜ਼ਿਆਦਾ ਬਰਬਾਦੀ ਹੋ ਸਕਦੀ ਹੈ ਸੋ ਜੇਕਰ ਅਸੀਂ ਸਮਝਦਾਰੀ ਤੋਂ ਕੰਮ ਲੈਂਦੇ ਹੋਏ ਇਸ ਨੂੰ ਠੀਕ ਰੱਖੀਏ ਤਾਂ ਪੀਣ ਵਾਲੇ ਸ਼ੁੱਧ ਪਾਣੀ ਦੀ ਵੱਡਮੋਲੀ ਬਚਤ ਆਪਾਂ ਸਾਰੇ ਕਰ ਸਕਦੇ ਹਾਂ ਬੱਚਾ ਜਿਹੜੀ ਐ ਇਸ ਤਰ੍ਹਾਂ ਹੀ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਪੀਣ ਵਾਲੇ ਪਾਣੇ ਦੀ ਦੁਰਵਰਤੋਂ ਦੀ ਰੋਕਥਾਮ ਕਿਸ ਤਰ੍ਹਾਂ ਅਸੀਂ ਕਰਵਾ ਸਕਦੇ ਹਾਂ ਇਹਦੇ ਵਿੱਚ ਜਿਹੜਾ ਖਾਸ ਜਿਹੜਾ ਰੋਲ ਹੈ ਉਹ ਸਾਡੇ ਪੇਰੈਂਟਸ ਦਾ ਰੋਲ ਹੈ ਉਹ ਹੈ ਕਿ ਅਸੀਂ ਫਲੋਟ ਵਾਲ ਤੇ ਗੇਟ ਗੇਟ ਟੈਪ ਰਾਹੀਂ ਤੋਂ ਦੇਖਿਆ ਹੋਣਾ ਕਿ ਸਾਡੇ ਘਰਾਂ ਵਿੱਚ ਜਿੱਥੇ ਅਸੀਂ ਪਾਣੀ ਸਟੋਰ ਕਰਦੇ ਹਾਂ ਉਹਨਾਂ ਟੈਂਕੀਆਂ ਵਿੱਚ ਫਲੋਟ ਵਾਲ ਸਪਲਾਈ ਤੇ ਲਗਾਇਆ ਜਾਂਦਾ ਹੈ ਇਹ ਇੱਕ ਲੀਵਰ ਨਾਲ ਖੁੱਲਦਾ ਤੇ ਬੰਦ ਹੁੰਦਾ ਹੈ ਜਿਵੇਂ ਜਿਵੇਂ ਪਾਣੀ ਟੈਂਕੀ ਵਿੱਚ ਭਰਦਾ ਹੈ ਫਲੋਟ ਵਾਲ ਦਾ ਲੈਵਲ ਵੀ ਵੱਜ ਜਾਂਦਾ ਹੈ ਤੇ ਲੀਵਰ ਵਾਲ ਨੂੰ ਬੰਦ ਕਰ ਦਿੰਦਾ ਹੈ ਅਤੇ ਪਾਣੀ ਬੰਦ ਹੋ ਜਾਂਦਾ ਹੈ ਜਿਸ ਨਾਲ ਪਾਣੀ ਟੈਂਕੀ ਤੋਂ ਓਵਰਫਲੋ ਨਹੀਂ ਕਰਦਾ ਅਤੇ ਪਾਣੀ ਦੀ ਬਚਤ ਹੁੰਦੀ ਹੈ ਤੁਸੀਂ ਕਈ ਵਾਰ ਦੇਖਿਆ ਹੋਣਾ ਕਿ ਪਿੰਡਾਂ ਵਿੱਚ ਜਦ ਪਾਣੀ ਦੀ ਸਪਲਾਈ ਆਈ ਹੁੰਦੀ ਹੈ ਆਪਾਂ ਦੇਖਿਆ ਵੇੜਿਆਂ ਦੇ ਵਿੱਚ ਜਾਂ ਆਪਾਂ ਛੱਤਾਂ ਤੋਂ ਪਾਣੀ ਬੇਮੁਨਾ ਵੇਸਟ ਗਿਰ ਰਿਹਾ ਹੁੰਦਾ ਹੈ ਇਸ ਦਾ ਕਾਰਨ ਇਹੀ ਹੈ ਕਿ ਸਾਡੇ ਜਿਹੜੇ ਪੀਣ ਵਾਲੇ ਟੈਂਕੀਆਂ ਘਰਾਂ ਦੀ ਟੈਂਕੀਆਂ ਵਿੱਚ ਅਸੀਂ ਫਲੋਟ ਵਾਲ ਦਾ ਕਵਰ ਲੱਗਿਆ ਹੁੰਦਾ ਤੇ ਉਹ ਠੀਕ ਨਹੀਂ ਹੁੰਦਾ ਜਾਂ ਕਈ ਵਾਰ ਲੱਗਿਆ ਹੀ ਨਹੀਂ ਹੁੰਦਾ ਸੋ ਆਪਾਂ ਨੇ ਇਹ ਜਿਹੜਾ ਧਿਆਨ ਆਪਣੇ ਪੇਰੈਂਟਸ ਨਾਲ ਡਿਸਕਸ਼ਨ ਜ਼ਰੂਰ ਕਰਨੀ ਹੈ ਇਹ ਮੈਸੇਜ ਜਿਹੜਾ ਹੈਗਾ ਆਪਾਂ ਸਾਰਿਆਂ ਨੂੰ ਆਲੇ ਦੁਆਲੇ ਆਪਣੇ ਦੇਣਾ ਜ਼ਰੂਰ ਹੈ ਜਦੋਂ ਅਸੀਂ ਜ਼ਿਆਦਾ ਮਾਤਰਾ ਵਿੱਚ ਪਾਣੀ ਲੈਣਾ ਹੋਵੇ ਉਸ ਕਨੈਕਸ਼ਨ ਪਾਈਪ ਨੂੰ ਖੁੱਲਾ ਨਾ ਛੱਡ ਕੇ ਗੇਟ ਵਾਲ ਲਗਾਉਣਾ ਜ਼ਰੂਰੀ ਹੈ ਫਾਂ ਜੋ ਸਪਲਾਈ ਸਮੇ ਪਾਣੀ ਵਹਿਰਤ ਹੋਣ ਤੋਂ ਰੋਕਿਆ ਜਾ ਸਕੇ ਬੱਚਿਓ ਕਈ ਵਾਰ ਮੇਲਿਆਂ ਵਿੱਚ ਵਿਆਹ ਸ਼ਾਦੀਆਂ ਵਿੱਚ ਜਾਂ ਸਫ਼ਰ ਦੌਰਾਨ ਦੂਸ਼ਿਤ ਪਾਣੀ ਪੀਣ ਨਾਲ ਸਾਨੂੰ ਟੱਟੀਆਂ ਉਲਟੀਆਂ ਪੀਲੀਆ ਹੈਜ਼ਾ ਅਤੇ ਮਿਆਦੀ ਬੁਖਾਰ ਆਦੀ ਹੋ ਜਾਂਦਾ ਹੈ ਇਹ ਇਸ ਕਰਕੇ ਹੁੰਦਾ ਹੈ ਕਿ ਕਈ ਵਾਰੀ ਪਾਣੀ ਵਿੱਚ ਛੋਟੇ ਛੋਟੇ ਕਿਟਾਨੂ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਨੰਗੀ ਅੱਖ ਨਾਲ ਨਹੀਂ ਵੇਖ ਸਕਦੇ ਅਤੇ ਜਦੋਂ ਇਹ ਪਾਣੀ ਪੀ ਲੈਂਦੇ ਹਾਂ ਤੇ ਪਾਣੀ ਦੇ ਨਾਲ ਹੀ ਇਹ ਕਿਟਾਨੂ ਸਾਡੇ ਸਰੀਰ ਦੇ ਅੰਦਰ ਚਲੇ ਜਾਂਦੇ ਹਨ ਅਤੇ ਜਿਸ ਨਾਲ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ਇਸ ਤੋਂ ਇਲਾਵਾ ਗੰਦੇ ਸੋਮਿਆਂ ਤੋ ਲਿਆਗਾ ਪਾਣੀ ਵੀ ਦੂਸ਼ਿਤ ਹੁੰਦਾ ਹੈ ਕਿਉਂਕਿ ਉਸ ਵਿੱਚ ਬਿਮਾਰੀ ਫੈਲਾਉਣ ਵਾਲੇ ਜੀਵਾਨਿਓ ਦੇ ਅੰਡੇ ਵੀ ਹੋ ਸਕਦੇ ਹਨ ਜਿਨ੍ਹਾਂ ਅਸੀਂ ਨੰਗੀ ਅੱਖ ਨਾਲ ਨਹੀਂ ਵੇਖ ਸਕਦੇ ਇਹ ਅੰਡੇ ਵੀ ਸਾਡੇ ਪੇਟ ਵਿੱਚ ਜਾ ਕੇ ਕੀੜੇ ਬਣ ਜਾਂਦੇ ਹਨ ਅਤੇ ਸਾਨੂੰ ਬਿਮਾਰ ਕਰਦੇ ਹਨ ਜਿਵੇਂ ਕਿ ਬੱਚਿਆਂ ਦੇ ਪੇਟ ਵਿੱਚ ਮਲਪ ਗਿੰਨੀ ਵਾਰਮ ਅਤੇ ਸੁੰਡੀਆਂ ਪਨਪ ਜਾਂਦੀਆਂ ਹਨ ਅਤੇ ਆਂਤੜੀਆਂ ਦੇ ਅੰਦਰੋਂ ਅੰਦਰੀ ਖਾਨ ਲੱਗ ਜਾਂਦੀਆਂ ਹਨ ਗੰਦਾ ਪਾਣੀ ਪੀਣ ਨਾਲ ਹੈਪਟਾਈਟਿਸ ਏ ਜਾਂ ਈ ਦੇ ਕਟਾਨੂ ਹੋਣ ਨਾਲ ਪੀਲਿਆ ਵੀ ਹੋ ਜਾਂਦਾ ਹੈ ਜਿਸ ਨਾਲ ਟਟੀਆਂ ਲੱਗ ਜਾਂਦੀਆਂ ਹਨ ਅੱਖਾਂ ਦਾ ਰੰਗ ਪੀਲਾ ਹੋ ਜਾਂਦਾ ਹੈ ਪਿਸ਼ਾਬ ਦਾ ਵੀ ਰੰਗ ਪੀਲਾ ਹੋ ਜਾਂਦਾ ਹੈ ਅਤੇ ਟਟੀਆਂ ਦਾ ਰੰਗ ਸਫੇਦ ਹੋ ਜਾਂਦਾ ਹੈ ਹੁਣ ਬੱਚੇ ਗੱਲ ਕਰਾਂਗੇ ਵਿਭਾਗ ਦੀ ਇਹਨਾਂ ਬਿਮਾਰੀਆਂ ਤੋਂ ਬਚਾ ਦਾ ਇੱਕੋ ਉਪਾਏ ਕੀ ਹੈ ਜਿੱਥੇ ਤੱਕ ਹੋ ਸਕੇ ਜਲ ਸਪਲਾਈ ਵਿਭਾਗ ਵੱਲੋਂ ਪਾਈਪਾਂ ਰਾਹੀਂ ਮੋਹਿਆ ਕੀਤਾ ਗਿਆ ਪਾਣੀ ਪੀਓ ਕਿਉਂਕਿ ਉਸ ਪਾਣੀ ਨੂੰ ਸਾਫ਼ ਕਰਨ ਤੋਂ ਬਾਅਦ ਹੀ ਘਰ-ਘਰ ਮੋਹਿਆ ਕਰਾਇਆ ਜਾ ਰਿਹਾ ਹੈ ਇਹ ਤੁਸੀਂ ਦੇਖੇ ਕਿ ਸਾਡਾ ਨਾਰਾ ਸੁਣਿਆ ਹੀ ਹੈ ਹਰ ਘਰ ਜਲ ਹਰ ਘਰ ਨਲ ਸੋ ਆਪਾਂ ਨਾਲ ਵੀ ਲੱਗਿਆ ਹੋਏਗਾ ਪਾਣੀ ਵੀ ਪਾਈਪਾਂ ਰਾਹੀਂ ਵਾਲਾ ਸਾਫ਼ ਪੀਵਾਂਗੇ ਤਾਂ ਸਾਨੂੰ ਬਹੁਤ ਬਿਮਾਰੀਆਂ ਤੋਂ ਸਾਡਾ ਬਚਾਵ ਹੋ ਸਕਦਾ ਹੈ ਹੁਣ ਬੱਚਾ ਪਾਣੀ ਸਾਡੇ ਘਰ ਆ ਗਿਆ ਟੂਟੀ ਦਾ ਕਨੈਕਸ਼ਨ ਉਸੇ ਲੈ ਲਿਆ ਹੁਣ ਸਾਡਾ ਜਿਹੜਾ ਮੇਨ ਸਾਡਾ ਜਿਹੜਾ ਇੱਕ ਰੋਲ ਆ ਜਾਂਦਾ ਮੈਂ ਬੱਚਿਆਂ ਨੂੰ ਜਿਹੜਾ ਸੰਬੋਧਨ ਵੀ ਕਰ ਰਹੀ ਆ ਉਸ ਹੈ ਕਿ ਟੈਪ ਦੀ ਮਹੱਤਤਾ ਟੂਟੀ ਦੀ ਮਹੱਤਤਾ ਕੀ ਹੈ ਜ਼ਾਤ ਅਸੀਂ ਦੇਖਿਆ ਹੈ ਕਿ ਟੂਟੀ ਨੂੰ ਲੋਡ ਪੈਣ ਤੇ ਹੀ ਖੋਲੋ ਅਤੇ ਕਦੇ ਵੀ ਟੂਟੀ ਨੂੰ ਖੋਲ ਕੇ ਬੰਦ ਕਰਨਾ ਨਾ ਭੁੱਲੋ ਪ੍ਰੋਟੀਨ ਵਿਅਤ ਖੁੱਲਾ ਨਾ ਛੱਡਿਆ ਜਾਵੇ ਹਰ ਖਪਤਕਾਰ ਦੇ ਘਰ ਵਿੱਚ ਪਾਣੀ ਦੇ ਕਨੈਕਸ਼ਨ ਨਾਲ ਟੂਟੀ ਦਾ ਲਗਵਾਉਣਾ ਯਕੀਨੀ ਬਣਾਇਆ ਜਾਵੇ ਤੁਸੀਂ ਦੇਖਿਆ ਹੋਣਾ ਕਈ ਵਾਰ ਕੀ ਹੁੰਦਾ ਲੋਕੀ ਕਨੈਕਸ਼ਨ ਜ਼ਰੂਰ ਲੈ ਲੈਂਦੇ ਨੇ ਪਾਣੀ ਦਾ ਕਨੈਕਸ਼ਨ ਲੈ ਲੈਂਦੇ ਨੇ ਉਹ ਘਰ ਦੇ ਵੇੜੇ ਦੇ ਅੱਗੇ ਕਨੈਕਸ਼ਨ ਆ ਗਿਆ ਪਰ ਉੱਥੇ ਕਈ ਵਾਰ ਕਰਦੇ ਰਸਾ ਪਾਈਪ ਪਾ ਦਿੱਤਾ ਜਾਂ ਉਹਨੂੰ ਕਨੈਕਸ਼ਨ ਠੀਕ ਤਰ੍ਹਾਂ ਨਹੀਂ ਲਿੱਤਾ ਗਿਆ ਉੱਥੇ ਟੂਟੀ ਨਹੀਂ ਲਗਵਾਉਂਦੇ ਆ ਇਹਨਾਂ ਗੱਲਾਂ ਦਾ ਅਸੀਂ ਬਹੁਤ ਧਿਆਨ ਰੱਖਣਾ ਤੇ ਆਪਣੇ ਆਲੇ ਦੁਆਲੇ ਜਿਹੜੇ ਤੁਹਾਡੇ ਨੇਬਰਸ ਨੇ ਉਹ ਦੇਖੋ ਵੀ ਪਾਣੀ ਦੀ ਕੋ ਵੇਸਟੇਜ ਤਾਂ ਨਹੀਂ ਹੋ ਰਹੀ ਹੈ ਜੇਕਰ ਕਿਸੇ ਖਪਤਕਾਰ ਦੇ ਘਰ ਦੀ ਟੁੱਟੀ ਲੀਕ ਕਰਦੀ ਹੈ ਜਾਂ ਟਪਕਦੀ ਹੈ ਤਾਂ ਉਸ ਦੇ ਨਾਲ ਹੀ ਉਸ ਦੀ ਮਰਮਮਤ ਨੂੰ ਠੀਕ ਰਾਇਆ ਜਾਵੇ ਕਿਉਂਕਿ ਬੂੰਦ ਬੂੰਦ ਨਾਲ ਸੈਂਕੜੇ ਲੀਟਰ ਪਾਣੀ ਵਿਰਥ ਹੋ ਜਾਂਦਾ ਹੈ ਮੈਂ ਬੱਚੇ ਤੁਹਾਨੂੰ ਸਭ ਨੂੰ ਦੱਸਣਾ ਚਾਹਾਂਗੀ ਕਿ ਮੈਕਮੇ ਵੱਲੋਂ ਜਿਹੜੀਆਂ ਜਲ ਸਪਲਾਈ ਦੀ ਜਿਹੜੀ ਸਕੀਮਾਂ ਹੈਗੀਆਂ ਉਹਨਾਂ ਦੇ ਸਾਮਸਮਾਲ ਵੀ ਕਿਤੇ ਜਾਂਦੀ ਹੈ ਉਹਦੇ ਨਾਲ-ਨਾਲ ਹੀ ਬੱਚਿਓ ਹਰ ਪਿੰਡਾਂ ਵਿੱਚ ਜਲ ਸਪਲਾਈ ਸੈਨੀਟੇਸ਼ਨ ਕਮੇਟੀਆਂ ਜੋ ਕਿ ਪਿੰਡ ਦੀ ਇੱਕ ਕਮੇਟੀ ਬਣਾਈ ਜਾਂਦੀ ਹੈ ਉਹਨਾਂ ਵੱਲੋਂ ਵੀ ਜਿਹੜੇ ਸਰਪੰਚ ਉਹਦੇ ਮੌਰੀ ਹੁੰਦੇ ਨੇ ਉਹ ਇਹ ਕੰਮ ਕਰਵਾ ਰਹੇ ਨੇ ਤੇ ਇਸ ਲਈ ਆਪਾਂ ਨੂੰ ਵਿਭਾਗ ਦੇ ਨਾਲ ਤੇ ਆਪਣੀ ਜਿਹੜੀ ಗ್ರಾಮ ਪੰਚਾਇਤਾਂ ਦੇ ਸਰਪੰਚ ਮੁਖੀ ਨੇ ਉਹਨਾਂ ਦੇ ਤਾਲਮੇਲ ਰੱਖ ਕੇ ਹੀ ਅਸੀਂ ਜਿਹੜਾ ਹੈਗਾ ਆਪਣੇ ਪਿੰਡ ਦੀ ਜਿਹੜੀ ਕੋ ਸਮੱਸਿਆ ਤੇ ਨਾਲ-ਨਾਲ ਆਪਣੇ ਇਸ ਬਾਰੇ ਆਪਾਂ ਨੂੰ ਠੀਕ ਕਰਵਾ ਸਕਦੇ ਹਾਂ ਹਨ ਬੱਚਿਓ ਅਗਰ ਆਪਾਂ ਜੜਾ ਕਨੈਕਸ਼ਨ ਲੈ ਲਿਆ ਪਰ ਕਈ ਵਾਰ ਕੀ ਦੇਖਿਆ ਗਿਆ ਕਿ ਲੋਕੀ ਟੋਟੀ ਨਾ ਹੀ ਵੀ ਲਗਾਉਂਦੇ ਨਾ ਲਗਾਉਂਦੇ ਕੀ ਕੀ ਨੁਕਸਾਨ ਸੋਹਦੇ ਨੇ ਟੋਟੀ ਨਾ ਲਗਵਾਨ ਨਾਲ ਪਾਣੀ ਦੀ ਲੋੜ ਨਾ ਹੋਣ ਤੇ ਪਾਣੀ ਨਿਰੰਤਰ ਡੁੱਲਦਾ ਰਹਿੰਦਾ ਹੈ ਜਾਂ ਲੀਕ ਹੁੰਦਾ ਰਹਿੰਦਾ ਹੈ ਅਤੇ ਪਾਣੀ ਦੀ ਬਰਬਾਦੀ ਹੁੰਦੀ ਰਹਿੰਦੀ ਹੈ ਪਾਣੀ ਪਿੰਡ ਦੀਆਂ ਨਾਲੀਆਂ ਰਾਹੀਂ ਛੱਪੜਾਂ ਵਿੱਚ ਪੁੱਜ ਜਾਂਦਾ ਹੈ ਅਤੇ ਛੱਪੜ ਜਲਦੀ ਹੀ ਓਵਰਫਲੋ ਹੋ ਕੇ ਛੱਪੜਾਂ ਦਾ ਪਾਣੀ ਆਲੇ ਦੁਆਲੇ ਘਰਾਂ ਵਿੱਚ ਵੜ ਜਾਂਦਾ ਹੈ ਸੜਕਾਂ ਤੇ ਵੀ ਆ ਜਾਂਦਾ ਹੈ ਛੱਪੜ ਵਿੱਚ ਖੜੇ ਪਾਣੀ ਵਿੱਚ ਮੱਖੀ ਮੱਛਰ ਪੈਦਾ ਹੋਣ ਨਾਲ ਪਿੰਡ ਵਿੱਚ ਬਿਮਾਰੀ ਫੈਲਦੀ ਹੈ ਛਪੜਾਂ ਦਾ ਗੰਦਾ ਪਾਣੀ ਘਾਰਾਂ ਵਿੱਚ ਆਉਣ ਕਰੇ ਨੂੰ ਵੀ ਬਿਮਾਰੀ ਫੈਲ ਸਕਦੀ ਹੈ ਹੁਣ ਮਾਹਰਾ ਵੱਲੋਂ ਕਿਤੇ ਤਜਰਬਿਆਂ ਤੋਂ ਇਹ ਸਾਬਿਤ ਹੋਇਆ ਹੈ ਕਿ ਜਿਨ ਨੇ ਪਾਣੀ ਇੱਕ ਦਿਨ ਵਿੱਚ ਵਾਟਰ ਵਰਕਸ ਦੀ ਟੈਂਕੀ ਤੋਂ ਸਪਲਾਈ ਕੀਤਾ ਜਾਂਦਾ ਹੈ ਉਸ ਦਾ 60% ਹੀ ਵਰਤੋਂ ਵਿੱਚ ਆਉਂਦਾ ਹੈ ਅਤੇ 40% ਪਾਣੀ ਟੂਟੀ ਜਾਂ ਗੇਟਵਾਲ ਜਾਂ ਲੀਕੇਜ ਤੋਂ ਫਜ਼ੂਲ ਵੇਰਥੀ ਡਲ ਕੇ ਬਰਬਾਦ ਹੋ ਜਾਂਦਾ ਹੈ ਇਸ ਫਜ਼ੂਲ ਹੋਣ ਵਾਲੇ ਪਾਣੀ 40% ਪਾਣੀ ਜੇਕਰ ਅਸੀਂ ਸੰਭਾਲ ਲਈਏ ਤਾਂ ਅਸੀਂ ਯਕੀਨਨ ਪਿੰਡਾਂ ਸ਼ਹਿਰਾਂ ਵਿੱਚ ਨਿਰਵਿਘਨ ਲੰਬੇ ਸਮੇਂ ਵੱਲੇ ਪਾਣੀ ਦੀ ਉਲੀ ਸਕੀਮਾ ਦਾ ਜਲ ਸਪਲਾਈ ਨੂੰ ਚਲਾ ਸਕਦੇ ਹਾਂ ਇਸ ਲਈ ਜਾਲਕਰ ਦੇ ਪਾਣੀ ਦੇ ਕਨੈਕਸ਼ਨ ਸਹੀ ਤਰੀਕੇ ਨਾਲ ਪਾਈਪ ਖੜੀ ਕਰਕੇ ਉਸ ਉੱਪਰ ਟੂਟੀ ਲਗਾਨੀ ਚਾਹੀਦੀ ਹੈ ਤਾਂ ਜੋ ਅਸੀਂ ਪਾਣੀ ਪਰਣ ਤੋਂ ਬਾਅਦ ਟੂਟੀ ਬੰਦ ਕਰ ਦਈਏ ਅਤੇ ਪਾਣੀ ਨੂੰ ਬਿਲਕੁਲ ਵੀ ਵਿਅਰਥ ਨਾ ਬੁੱਲਣ ਦਈਏ ਅੱਜ ਆਪਾਂ ਗੱਲ ਕਰ ਰਹੇ ਸੀ ਲੀਕੇਜ ਦੀ ਲੀਕਜਾਂ ਦੀ ਸੋ ਆਪਾਂ ਦੇਖਿਆ ਹੈ ਕਿ ਲੀਕੇਜ ਵਾਟਰ ਵਰਕਸ ਤੇ ਪਿੰਡ ਵਿੱਚ ਸਪਲਾਈ ਲਈ ਜਾ ਰਹੀ ਪਾਈਪਾਂ ਵਿੱਚ ਵੱਡੀ ਲੀਕੇਜ ਹੋ ਸਕਦੀ ਹੈ ਔਰ ਕੋਈ ਛੋਟੀ ਲੀਕੇਜ ਦੇ ਰੂਪ ਵਿੱਚ ਵੀ ਹੋ ਸਕਦੀ ਹੈ ਤੇ ਅਗਰ ਇਹ ਲੀਕੇਜਾਂ ਹੋ ਜਾਂਦੀਆਂ ਹਨ ਉਸ ਵੇਲੇ ਕੀ ਕੀ ਨੁਕਸਾਨ ਹੁੰਦੇ ਨੇ ਉਸ ਬਾਰੇ ਆਪਾਂ ਚਰਚਾ ਕਰਾਂਗੇ ਪਾਈਪਲਾਈਨ ਵਿੱਚ ਲੀਕੇਜ ਨਾਲ ਸਾਫ਼ ਪੀਣ ਵਾਲੇ ਪਾਣੀ ਦੀ ਬੇਲੋੜੀ ਬਰਬਾਦੀ ਹੁੰਦੀ ਹੈ ਇਸ ਲੀਕੇਜ ਨਾਲ ਮਹਿੰਗੇ ਤਰੀਕੇ ਤਕਨੀਕ ਨਾਲ ਸੋਧਿਆ ਗਿਆ ਪਾਣੀ ਵੀ ਬਰਬਾਦ ਹੁੰਦਾ ਹੈ ਅਤੇ ਖਰਚਾ ਵੀ ਵੱਧਦਾ ਹੈ ਲੀਕਜ ਨਾਲ ਲੀਕੇਜ ਵਾਲੀ ਪਾਈਪ ਵਿੱਚ ਆਸ-ਪਾਸ ਦੀ ਮਿੱਟੀ ਗੰਦਗੀ ਅਤੇ ਗੰਦਾ ਬੇਫੂਜੂਲ ਪਾਣੀ ਸਾਫ਼ ਪਾਣੀ ਵਿੱਚ ਮਿਕਸ ਹੋ ਕੇ ਪਾਣੀ ਦੂਸ਼ਿਤ ਹੋ ਜਾਂਦਾ ਹੈ ਇਹ ਦੂਸ਼ਿਤ ਪਾਣੀ ਪਾਈਪਾਂ ਰਾਹੀਂ ਪਿੰਡ ਦੇ ਘਰਾਂ ਵਿੱਚ ਜਾ ਕੇ ਵਰਤੋ ਨਾਲ ਕਈ ਪ੍ਰਕਾਰ ਦੀ ਜਾਨਲੇਵੀਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਬਾਰੇ ਆਪਾਂ ਪਹਿਲੇ ਵੀ ਚਰਚਾ ਕਰ ਚੁੱਕੇ ਹਾਂ ਪਾਈਪਾਂ ਵਿੱਚ ਮਿੱਟੀ ਚਲੀ ਜਾਣ ਕਰਕੇ ਪਾਣੀ ਦਾ ਪ੍ਰੈਸ਼ਰ ਘਟਦਾ ਹੈ ਅਤੇ ਪਾਣੀ ਵੀ ਦੂਸ਼ਿਤ ਹੋ ਜਾਂਦਾ ਹੈ ਸ਼ਿਕਾਇਤ ਨਿਵਾਰਣ ਕੇਂਦਰ ਬੱਚਿਓ ਜਦੋਂ ਇਸ ਤਰ੍ਹਾਂ ਦੀ ਇਸ਼ਿਊਜ਼ ਆਉਂਦੇ ਨੇ ਪ੍ਰੋਬਲਮਾਂ ਆਂਦੀਆਂ ਹਨ ਉਸ ਵੇਲੇ ਸ਼ਹਿਰਾਂ ਵਿੱਚ ਤੇ ਖਾਸ ਕਰ ਪਿੰਡਾਂ ਲਈ ਜੇ ਜੇ ਅਪਾ ਗੱਲ ਕਰੀਏ ਤੇ ਪਿੰਡਾਂ 'ਚ ਪਾਈਪਲਾਈਨ ਵਿੱਚ ਅਗਰ ਲੀਕੀਜ ਦੀ ਸ਼ਿਕਾਇਤ ਮਿਲੇ ਤਾਂ ਕੋਸ਼ਿਸ਼ ਇਹ ਹੀ ਹੋਣੀ ਚਾਹੀਦੀ ਹੈ ਕਿ ਇਸ ਨੂੰ ਨਾਲ ਹੀ ਨਾਲ ਆਪਾਂ ਠੀਕ ਕਰਵਾਉਣ ਦਾ ਉਪਰਾਲਾ ਕੀਤਾ ਜਾਵੇ ਤਾਂ ਜੋ ਬੇਸ਼ਕੀਮਤੀ ਪਾਣੀ ਦੀ ਬਰਬਾਦੀ ਨਾ ਹੋ ਸਕੇ। ਮੱਚੇ ਥੱਲੇ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਵਿੱਚ ਇਹ ਹੈਗਾ ਕਿ ਸਾਡੇ ਵਿਭਾਗ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵੱਲੋਂ ਪੀਣ ਵਾਲੇ ਪਾਣੀ ਸੀਵਰੇਜ ਸਕੀਮਾਂ ਅਤੇ ਪਿੰਡਾਂ ਵਿੱਚ ਬਣ ਰਹੀ ਲੈਟਰਨ ਅਤੇ ਹੋਰ ਇਸ ਤਰ੍ਹਾਂ ਦੀ ਸੈਨੀਟੇਸ਼ਨ ਸਮੱਸਿਆਾਂ ਸੰਬੰਧੀ ਸਮੱਸਿਆਵਾਂ ਲਈ ਤੁਸੀਂ ਘਰ ਬੈ ਕੇ ਹੀ ਇੱਕ ਟੋਲ ਫ੍ਰੀ ਨੰਬਰ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ ਇਹ ਨੰਬਰ ਹੈਗਾ 18001802468 ਇਹ ਇਸ ਵਿੱਚ ਆਪਾਂ ਆਪਣੀ ਸ਼ਿਕਾਇਤ 24 ਘੰਟੇ ਜਿਹਾ ਹੈਗਾ ਸਾਡਾ ਸ਼ਿਕਾਇਤ ਨਿਵਾਰਣ ਕੇਂਦਰ ਖੁੱਲਿਆ ਹੋਇਆ ਹੈ ਕੋਈ ਵੀ ਕੋਈ ਵੀ ਬੱਚਾ ਜਾਂ ਕੋਈ ਵੀ ਤੁਸੀਂ ਪਰਿਵਾਰ ਦੇ ਵਿਅਕਤੀ ਇੱਥੇ ਆਪਣੀ ਸ਼ਿਕਾਇਤ ਦਰਜ ਕਰਵਾ ਦਿੰਦੇ ਹਨ ਤਾਂ ਸਾਡੇ ਵਿਭਾਗ ਤੇ ਜਿਹੜੇ ਸਡੀਓ ਸਾਹਿਬ ਨੇ ਜਈ ਸਾਹਿਬ ਨੇ ਹੋਰ ਜਿਹੜੇ ਅਫਸਰ ਨੇ ਤੇ ਨਾਲ ਹੀ ਜਿਹੜੇ ਤੁਹਾਡੇ ಗ್ರಾಮ ਪੰਚਾਇਤਾਂ ਵਿੱਚ ਸਾਡੇ ਸਰਪੰਚ ਸਾਹਿਬ ਨਾਲ ਰਾਫਤਾ ਕਰਕੇ ਅਸੀਂ ਜਲਦੀ ਜਲਦੀ ਇਹਨਾਂ ਸ਼ਿਕਾਇਤਾਂ ਦਾ ਨਿਵਾਰਨ ਕਰਾਇਆ ਜਾਂਦਾ ਹੈ ਬੱਚਿਓ ਇਹ ਨੰਬਰ ਨੂੰ ਯਾਦ ਕਰਨਾ ਤੁਸੀਂ ਸਾਰੇ ਆਪਣੀ ਡਾਇਰੀ ਤੇ ਨੋਟ ਵੀ ਕਰ ਸਕਦੇ ਹੋ ਇਹ ਨੰਬਰ ਨੂੰ ਯਾਦ ਕਰਨਾ ਸਭ ਬਹੁਤ ਹੀ ਆਸਾਨ ਤਰੀਕਾ ਹੈ ਦੇਖੋ ਸ਼ੁਰੂਆਤ ਆਪਾਂ ਕੀਤੀ ਹੈ ਦੂਜੇ ਦੇ ਪਹਾੜੇ ਨਾਲ ਅਗਰ ਤੁਸੀਂ ਪਿਛਲੇ ਚਾਰ ਡਿਜੀਟ ਦੇਖੋਗੇ 2 4 6 8 ਇਹ ਦੂਜੇ ਦਾ ਪਹਾੜਾ ਹੈ ਸੋ ਨੰਬਰ ਯਾਦ ਕਰਨਾ ਬਹੁਤ ਹੀ ਆਸਾਨ ਹੈ 180180 2 4 6 8 ਤੁਸੀਂ ਇਹ ਨੰਬਰ ਆਪਣੇ ਪੇਰੈਂਟਸ ਨਾਲ ਆਪਣੇ ਘਰਦਿਆਂ ਨਾਲ ਆਪਣੇ ਬਰਸ ਨਾਲ ਵੀ ਦੇ ਕੇ ਅਗਰ ਕਿਸੇ ਨੂੰ ਸਮੱਸਿਆ ਆਂਦੀ ਹੈ ਜ਼ਰੂਰ ਉਸ ਆਪਾਂ ਇੱਥੇ ਨੋਟ ਕਰਵਾ ਕੇ ਸਮੱਸਿਆ ਦਾ ਹੱਲ ਕਰਵਾ ਸਕਦੇ ਆਂ ਬੱਚਿਓ ਹੁਣ ਮੈਂ ਤੁਹਾਡੇ ਨਾਲ ਕੁਝ ਆਪਣੇ ਅੱਜ ਕੱਲ੍ਹ ਦੇਖੋ ਬੱਚੇ ਤੁਸੀਂ ਲੋਕ ਆਪਾਂ ਸੋਸ਼ਲ ਮੀਡੀਆ ਹੈਂਡਲਸ ਤੇ ਆਪਾਂ ਬਹੁਤ ਜ਼ਿਆਦਾ ਐਕਟਿਵ ਰਹਿੰਦੇ ਆਂ ਔਰ ਮੈਂ ਦੇਖਿਆ ਕਿ ਜਿਆਦਾਤਰ ਯਾਂਗ ਜਿਹੜੇ ਬੱਚੇ ਨੇ ਉਹ ਇੰਸਟਾਗ੍ਰam ਟਵਿੱਟਰ ਫੇਸਬੁਕ ਐ ਸਾਡੇ ਡਿਪਾਰਟਮੈਂਟ ਦੇ ਸੋ ਸਭ ਨੰਬਰ ਨੋਟ ਕਰ ਦੇਖ ਸਕਦੇ ਹੋ ਐ ਲਿੰਕਸ ਨੂੰ ਤੁਸੀਂ ਆਪਣੇ ਸਕਰੀਨਸ਼ਾਟ ਅਗਰ ਫੋਨ ਅਗਰ ਯੂਜ਼ ਕਰਦੇ ਹੋ ਨੋਟ ਕਰ ਲਓ ਔਰ ਉਸ ਦੇ ਨਾਲ ਹੀ ਅਗਰ ਤੁਸੀਂ ਸਾਡੇ ਪਿੰਡ ਦੀਆਂ ਉਪਲਬਧੀਆਂ ਬਾਰੇ ਗੱਲਬਾਤ ਪੜ੍ਹਨਾ ਚਾਹੁੰਦੇ ਹੋ ਸਾਡੇ ਪਾਣੀ ਦੀ ਕਹਾਣੀ ਦਾ ਇੱਕ ਸਾਡਾ ਇੱਕ wordpress.com ਹੈਗਾ ਉੱਥੇ ਜਾ ਕੇ ਜਿੰਨੀਆਂ ਵੀ ਸਾਡੀ ਉਪਲਬਧੀਆਂ ਸੈਨੀਟੇਸ਼ਨ ਦੀ ਪਾਣੀ ਸ਼ੁੱਧ ਪਾਣੀ ਦੀਆਂ ਉਹਦੇ ਨਾਲ ਨਾਲ ਸਾਡਾ ਇੱਕ YouTube ਦਾ ਲਿੰਕ ਵੀ ਹੈ ਜਲ ਹੈ ਤਾਂ ਕਲ ਹੈ ਤੁਸੀਂ ਜਾ ਕੇ ਸਾਡੇ ਇਸ ਤਰ੍ਹਾਂ ਦੇ ਹੋਰ ਵੀ ਜਿਹੜੇ ਹੈਗੇ ਨੇ ਸਾਡੇ ਜਿਹੜੀ ਸਾਡੇ ਡਿਪਾਰਟਮੈਂਟ ਦੇ ਉਪਲਬਧੀਆਂ ਉਸ ਪ੍ਰੋਗਰਾਮ ਵਿੱਚ ਜਾ ਕੇ ਅਸੀਂ ਉਹਨੂੰ ਦੇਖ ਸਕਦੇ ਹਾਂ ਔਰ ਬੱਚਿਓ ਮੈਂ ਤੁਹਾਨੂੰ ਇੱਕ ਰਿਕਵੈਸਟ ਵੀ ਕਰਾਂਗੀ ਕਿ ਤੁਸੀਂ ਕਿਉਂਕਿ ਸਾਡੇ ਤੁਸੀਂ ਆਉਣ ਵਾਲੇ ਭਵਿੱਖੋ ਤੁਸੀਂ ਇਸ ਤਰ੍ਹਾਂ ਦੇ ਪ੍ਰੋਗਰਾਮਸ ਨੂੰ ਅਸਰੀਲਾ ਬਣਾ ਕੇ প্রচার ਕਰ ਸਕਦੇ ਹੋ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਹੁਣ ਮੈਂ ਤੁਹਾਨੂੰ ਇੱਕ ਇੱਕ ਰਿਕਵੈਸਟ ਹੀ ਕਰਨੀ ਹੈ ਸਾਰੇ ਟੀਚਰਸ ਨੂੰ ਵੀ ਤੇ ਨਾਲੇ ਬੱਚਿਆਂ ਨੂੰ ਵੀ ਕਿ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਆਪਾਂ ਗੱਲਾਂ ਕੀਤੀਆਂ ਇਹਨਾਂ ਗੱਲਾਂ ਵਿੱਚ ਆਪਾਂ ਗੱਲ ਕੀਤੀ ਜਿਹੜੀ ਗੱਲਾਂ ਕੀਤੀਆਂ ਇਸ ਨੂੰ ਆਪਾਂ ਇੱਕ ਰੈਲੀ ਰਾਹੀਂ ਆਪਾਂ ਇਕੱਠੇ ਹੋ ਕੇ ਪਿੰਡ ਜਿਵੇਂ ਮੈਂ ਗੱਲ ਕੀਤੀ ਹੈ ಗ್ರಾಮ ਪੰਚਾਇਤਾਂ ਦੇ ਜੀਪ ਡਬਲਯੂਓਸੀ ਸ਼ਹਿਰਾਂ ਵਿੱਚ ਵੀ ਅਸੀਂ ਵੱਖ-ਵੱਖ ਅਸੀਂ ਜੇਕਰ ਆਪਾਂ ਗੱਲ ਕਰੀਏ ਇਹਨਾਂ ਚਰਚਾਂ ਨੂੰ ਆਪਾਂ ਰੈਲੀ ਕਰਕੇ ਅਸੀਂ ਆਪਣੇ ਆਲੇ ਦੁਆਲੇ ਲੋਕਾਂ ਨੂੰ ਆਪਾਂ ਇਸ ਬਾਰੇ ਜਾਗਰੂਕ ਕਰ ਸਕਦੇ ਹਾਂ ਔਰ ਨਾਲ ਹੀ ਜਿਹੜੇ ਸਾਡੇ ਪਾਣੀ ਦੀ ਅਹਿਮੀਅਤ ਬਾਰੇ ਜਿਹੜੇ ਸਲੋਗਨ ਨੇ ਜਿਵੇਂ ਤੁਸੀਂ ਕੁਝ ਸਕਰੀਨ ਤੇ ਸਾਹਮਣੇ ਪੜ੍ਹ ਸਕਦੇ ਹੋ ਕਿ ਸੰਭਾਲੋ ਜਲ ਚੰਗਾ ਰਹੇਗਾ ਅੱਜ ਤੇ ਕੱਲ ਜੇ ਬੂੰਦ ਬੂੰਦ ਨਾ ਵਰਤਾਂਗੇ ਤੇ ਬੂੰਦ ਬੂੰਦ ਲਈ ਤਰਸਾਂਗੇ ਖਤਮ ਹੋਈ ਢੋਈ ਟਵਾਈ ਪਾਣੀ ਦੀ ਰੋਟੀ ਘਰ ਘਰ ਆਈ ਸਾਰੇ ਮਿਲ ਕੇ ਕਰੋ ਸਹਿਯੋਗ ਪਾਣੀ ਦਾ ਨਾ ਕਰੋ ਦੁਰਪਯੋਗ ਮਤਲਬ ਇਸ ਤਰ੍ਹਾਂ ਦੇ ਸਲੋਗਨ ਲਿਖੋ ਇਹਨਾਂ ਬਾਰੇ ਚਰਚਾ ਕਰੋ ਆਪਾਂ ਇਸ ਤਰ੍ਹਾਂ ਸੈਸ਼ਨ ਵੀ ਕਰ ਸਕਦੇ ਹਾਂ ਔਰ ਨਾਲ ਹੀ ਤੁਸੀਂ ਦੇਖ ਸਕਦੇ ਹੋ ਕਿ ਇਥੇ ਸਕੂਲਾਂ ਵਿੱਚ ਵੀ ਵੇਰੀਅਸ ਕੰਪੀਟੀਸ਼ਨ ਕਰ ਸਕਦੇ ਹੋ ਡਿਬੇਟ ਦੇ ਜਿਹੜੇ ਵਿਸ਼ੇ ਆ ਇਸ ਤਰ੍ਹਾਂ ਰੱਖ ਸਕਦੇ ਆ ਜਿਸ ਵਿੱਚ ਅਸੀਂ ਬੱਚੇ ਘਰ ਦੇ ਪੇਰੈਂਟਸ ਨੇਬਰਸ ਤੁਸੀਂ ਆ ਦੇਖੋ ਬੱਚੇ ਸਾਡੇ ਵੱਖ-ਵੱਖ ਅਸੀਂ ਸਕੂਲਾਂ ਵਿੱਚ ਜਾ ਕੇ ਇਸ ਤਰ੍ਹਾਂ ਦੇ ਪ੍ਰੋਗਰਾਮ ਕਰ ਵੀ ਰਹੇ ਹਾਂ ਔਰ ਮੈਂ ਟੀਚਰਸ ਨੂੰ ਪਲੀਜ਼ ਬੇਨਤੀ ਪ੍ਰਿੰਸੀਪਲ ਸਾਹਿਬਾਨ ਨੂੰ ਬੇਨਤੀ ਕਰਾਂਗੀ ਕਿ ਇਸ ਇਸ ਟੌਪਿਕ ਨੂੰ ਪਲੀਜ਼ ਆਪਣੇ ਅ ਨਦਰ ਡਰਾਇੰਗ ਵਿੱਚ ਲਾਓ ਤਾਂ ਕਿ ਬੱਚੇ ਇਸ ਬਾਰੇ ਚਰਚਾ ਕਰਨ ਔਰ ਇਹ ਜਿਹੜਾ ਸਾਡਾ ਬੇਸ਼ਕੀਮਤੀ ਪਾਣੀ ਹੈ ਇਸ ਬਾਰੇ ਇਹਨਾਂ ਦੇ ਸੁਝਾਅ ਵਿਚਾਰ ਸਾਡੇ ਕੋਲ ਆਣ ਸੋ ਇਹ ਕੁਝ ਤੋਂ ਸਿਰ ਬੱਚਿਆਂ ਵੱਲੋਂ ਹੀ ਤਸਵੀਰਾਂ ਬਣਾਈਆਂ ਇਹ ਮੈਂ ਤੁਹਾਨੂੰ ਸਾਂਝਾ ਕਰ ਰਹੀ ਹਾਂ ਸੋ ਬੱਚਿਓ ਅੱਜ ਦਾ ਜਿਹੜਾ ਸੈਸ਼ਨ ਸੀ ਇਹ ਮੈਂ ਬਿਲਕੁਲ ਬੇਸਿਕ ਲੈਕਚਰ ਮੈਂ ਤੁਹਾਡੇ ਨਾਲ ਪੇਸ਼ ਕੀਤਾ ਹੈ ਔਰ ਆਉਣ ਵਾਲੇ ਸਮੇਂ ਵਿੱਚ ਮੈਂ ਤੁਹਾਨੂੰ ਯਕੀਨ ਦਿਵਾਵਾਂਗੀ ਕਿ ਅਸੀਂ ਤੁਹਾਨੂੰ ਵਿਸਤਾਰਪੂਰਵਕ ਜਲ ਸਪਲਾਈ ਸਕੀਮਾਂ ਕੀ ਨੇ ਉਹਦੇ ਸੜਕੀ ਕੀ ਤੁਹਾਨੂੰ ਸਾਡੇ ਵੇਰੀਅਸ ਪ੍ਰੋਜੈਕਟਸ ਚੱਲ ਰਹੇ ਨੇ ਕਿਸ ਤਰ੍ਹਾਂ ਅਸੀਂ ਤੁਹਾਨੂੰ ਸਰਫੇਸ ਨਵੇਂ ਪ੍ਰੋਜੈਕਟਸ ਆ ਰਹੇ ਨੇ ਵਿਭਾਗ ਵਿੱਚ ਉਸ ਤੋਂ ਪਰੇ ਵੀ ਚਰਚਾ ਕਰਾਂਗੇ ਪਾਣੀ ਦੀ ਗੁਣਵੰਤਾ ਬਾਰੇ ਵੀ ਜਾਂਚ ਕਰਾਂਗੇ ਚਰਚਾ ਕਰਾਂਗੇ ਸੈਨੀਟੇਸ਼ਨ ਵਿਭਾਗ ਦੇ ਵਿੱਚ ਚਰਚਾ ਕਰਾਂਗੇ ਸੋ ਸੈਨੀਟੇਸ਼ਨ ਵਿੱਚ ਜਿਹੜੇ ਵਕਫਾ ਕ ਅਸੀਂ ਆਪਾਂ ਗੱਲ ਕੰਮ ਬਾਤ ਗੱਲ ਕਰ ਰਹੇ ਆ ਉਸ ਬਾਰੇ ਅਸੀਂ ਵਿਸਤਾਰਪੂਕ ਅਗਲੇ ਸੈਸ਼ਨ ਲਵਾਂਗੇ ਸੋ ਮੈਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਤੁਸੀਂ ਸਭ ਨੂੰ ਮੇਰੀ ਗੱਲਾਂ ਜ਼ਰੂਰ ਹੀ ਆਪਣੇ ਘਰ ਜਾ ਕੇ ਆਪਣੇ ਪੇਰੈਂਟਸ ਨਾਲ ਵੀ ਡਿਸਕਸ ਕਰੋਗੇ ਥੈਂਕ ਯੂ ਟੂ ਆਲ